Today we will discuss analog to digital converter. A device which converts the analog voltage into corresponding digital signal is called analog to digital converter. In this analog to digital converter, analog is the input and digital is the output. We will discuss simultaneous conversion or parallel comparator type or flash type ADC. First of all, it uses comparators to convert analog signal into digital signal. All the comparators work simultaneously. Conversion is taking place simultaneously, so it is called simultaneous conversion type analog to digital converter. All the comparators work simultaneously to convert analog signal into digital signal. That's why it is called simultaneous conversion type analog to digital converter. It is also called parallel comparator type because in this type of ADC, comparators are used parallelly for the conversion of analog signal into the digital signal. It is also called a flash type ADC, flash because the conversion time is very, very small. It is 100 nanosecond or less than 100 nanosecond. So conversion time is very less. That's why it is called flash type ADC. Flash type means akh chapkdiyan hi output dinda. ਇਹਦੇ ਵਿੱਚ ਕੀ ਹੈ ਕੰਪੈਰੇਟਰ ਯੂਜ਼ ਕੀਤੇ ਜਾਂਦੇ ਆ ਕੰਪੈਰੇਟਰ ਜਿਹੜਾ ਦਾ ਕੰਪੈਰੇਟਰ ਵਰਕ ਕਰਦਾ ਇਸ ਕੰਪੈਰੇਟਰ ਦਾ ਵਰਕਿੰਗ ਪ੍ਰਿੰਸੀਪਲ ਕੀ ਹੁੰਦਾ ਕੰਪੈਰੇਟਰ ਦੋ ਵੋਲਟੇਜ ਨੂੰ ਕੰਪੇਅਰ ਕਰਦਾ ਇੱਕ ਅਸੀਂ ਨੋਨ ਇਨਵਰਟਿੰਗ ਟਰਮੀਨਲ 'ਤੇ ਲਾਈ ਹੋਈ ਹੈ ਇੱਕ ਇਨਵਰਟਿੰਗ ਟਰਮੀਨਲ 'ਤੇ ਲਾਈ ਹੋਈ ਹੈ ਵੋਲਟੇਜ ਦੋਨਾਂ ਨੂੰ ਕੰਪੇਅਰ ਕਰਦਾ ਕੰਪੈਰੇਟਰ ਜੇਕਰ ਪੋਜ਼ਿਟਿਵ ਟਰਮੀਨਲ 'ਤੇ ਅਪਲਾਈ ਜਾਂ ਨੋਨ ਇਨਵਰਟਿੰਗ ਟਰਮੀਨਲ 'ਤੇ ਜਿਹੜੀ ਵੋਲਟੇਜ ਅਪਲਾਈ ਕੀਤੀ ਹੈ ਉਹਦੀ ਵੈਲਿਊ ਨੈਗੇਟਿਵ ਟਰਮੀਨਲ ਦੀ ਵੋਲਟੇਜ ਨਾਲੋਂ ਜ਼ਿਆਦਾ ਹੈ ਤਾਂ ਵੀ ਆਊਟਪੁੱਟ ਕਿੰਨੀ ਆਏਗੀ 1 ਜੇਕਰ ਵੀ ਏ ਲੈੱਸ ਦੈਨ ਵੀ ਆਰ ਹੈ ਤਾਂ ਵੀ ਆਊਟਪੁੱਟ ਕਿੰਨੀ ਆਏਗੀ 0 ਜੇਕਰ ਵੀ ਏ ਇਕੁਅਲ ਟੂ ਵੀ ਆਰ ਹੈ ਤਾਂ ਜਿਹੜੀ ਵੀ ਆਊਟਪੁੱਟ ਹੋਏਗੀ ਤੁਹਾਡੀ ਪ੍ਰੀਵੀਅਸ ਵੈਲਿਊ ਹੁਣ ਜਿਹੜਾ ਮੈਂ ਡਿਸਕਸ ਕਰਨ ਜਾ ਰਿਹਾ ਟੂ ਵਿਟ ਪੈਰਲਲ ਕੰਪੈਰੇਟਰ ਟਾਈਪ ਐਨਾਲੋਗ ਟੂ ਡਿਜੀਟਲ ਕਨਵਰਟਰ ਇਹਦੇ ਵਿੱਚ ਨੰਬਰ ਆਫ ਕੰਪੈਰੇਟਰਸ ਹੁੰਦੇ ਆ 2^(n-1) ਜਦੋਂ ਵੀ ਅਸੀਂ ਇਸ ਟਾਈਪ ਦਾ ਏ ਡੀ ਸੀ ਬਣਾਉਣਾ ਇਹਦੇ 'ਚ ਨੰਬਰ ਆਫ ਕੰਪੈਰੇਟਰਸ ਕਿੰਨੇ ਹੋਣਗੇ 2^(n-1) ਕਿਉਂਕਿ ਇਹਦੇ ਵਿੱਚ ਹੁਣ ਅਸੀਂ ਐਨ 2 ਬਿੱਟ ਹੈ ਤਾਂ ਨੰਬਰ ਆਫ ਕੰਪੈਰੇਟਰਸ ਕਿੰਨੇ ਲੱਗਣਗੇ 2^(2-1)=3 ਜੇ 3 ਬਿੱਟ ਹੋਇਆ ਤਾਂ ਨੰਬਰ ਆਫ ਕੰਪੈਰੇਟਰਸ ਕਿੰਨੇ ਲੱਗਣਗੇ 2^3 ਆ ਗਿਆ 8^(-1) ਕਿੰਨਾ ਹੋ ਗਿਆ 7 ਕੰਪੈਰੇਟਰ ਹੁਣ 2 ਬਿੱਟ ਪੈਰਲਲ ਕੰਪੈਰੇਟਰ ਟਾਈਪ ਹੈ ਤਾਂ ਇਹਦੇ ਵਿੱਚ ਸਾਨੂੰ 3 ਕੰਪੈਰੇਟਰ ਯੂਜ਼ ਕਰਨੇ ਪੈਣਗੇ ਮੈਂ 3 ਕੰਪੈਰੇਟਰ ਬਣਾਵਾਂ ਇਹ 3 ਕੰਪੈਰੇਟਰ ਹੈ ਫਸਟ ਸੈਕਿੰਡ ਅਤੇ ਥਰਡ ਠੀਕ ਹੈ ਇਹਨਾਂ ਦਾ ਨੋਨ ਇਨਵਰਟਿੰਗ ਟਰਮੀਨਲ ਪੋਜ਼ਿਟਿਵ ਇਨਵਰਟਿੰਗ ਟਰਮੀਨਲ ਨੈਗੇਟਿਵ ਠੀਕ ਹੈ ਨੋਨ ਇਨਵਰਟਿੰਗ ਟਰਮੀਨਲ ਆਪਸ ਦੇ ਵਿੱਚ ਜੋੜ ਦਿਓ ਤਿੰਨਾਂ ਦੇ ਆਪਸ ਦੇ ਵਿੱਚ ਜੋੜ ਕੇ ਇਹਨੂੰ ਕਿਹੜੀ ਆ ਐਨਾਲੋਗ ਵੋਲਟੇਜ ਦੇ ਦਿਓ ਜਿਹੜੀ ਅਸੀਂ ਡਿਜੀਟਲ ਦੇ ਵਿੱਚ ਕਨਵਰਟ ਕਰਨੀ ਹੈ ਇਨਵਰਟਿੰਗ ਟਰਮੀਨਲ 'ਤੇ ਅਸੀਂ ਕੀ ਲਾਵਾਂਗੇ ਰਜਿਸਟੈਂਸ ਲਾਵਾਂਗੇ ਜਿਹਦੇ ਉੱਤੇ ਅਸੀਂ ਰੈਫਰੈਂਸ ਵੋਲਟੇਜ ਨੂੰ 4 ਹਿੱਸਿਆਂ 'ਚ ਵੰਡ ਲਵਾਂਗੇ 4 ਰਜਿਸਟੈਂਸਾਂ ਲਾ ਕੇ ਰੈਫਰੈਂਸ ਵੋਲਟੇਜ ਨੂੰ ਅਸੀਂ 4 ਹਿੱਸਿਆਂ ਦੇ ਵਿੱਚ ਵੰਡਾਂਗੇ ਇੱਕੋ ਜਿਹੇ ਅਤੇ ਇਹ ਹੋ ਗਈ ਤੁਹਾਡੀ ਰੈਫਰੈਂਸ ਵੋਲਟੇਜ ਨੂੰ 4 ਇੱਕੋ ਜਿਹੀਆਂ ਰਜਿਸਟੈਂਸਾਂ ਲਾ ਕੇ 4 ਹਿੱਸਿਆਂ ਦੇ ਵਿੱਚ ਵੰਡ ਲਿਆ ਠੀਕ ਹੈ ਜਿਹੜੀ ਇੱਥੇ ਵੋਲਟੇਜ ਆਏਗੀ ਤੁਹਾਡੀ VR/4 ਆਏਗੀ ਆਹ 2 ਰਜਿਸਟੈਂਸ ਦੇ ਕ੍ਰੋਸ ਕਿੰਨੀ ਆਜੂਗੀ 2 VR/4 ਆਜੂਗੀ ਇੱਥੋਂ ਤੱਕ 3 ਰਜਿਸਟੈਂਸਾਂ ਹੋ ਜਾਂਦੀਆਂ ਟੋਟਲ 4 ਹੈ 3 VR/4 ਅਤੇ ਇੱਥੇ ਕਿੰਨੀ ਹੋ ਗਈ VR ਇਹਦੀ ਆਊਟਪੁੱਟ 'ਤੇ ਅਸੀਂ ਕੀ ਲਾ ਦੇਣਾ ਪ੍ਰਾਇਓਰਿਟੀ ਇਨਕੋਡਰ ਲਾ ਦੇਣਾ ਠੀਕ ਹੈ ਪ੍ਰਾਇਓਰਿਟੀ ਇਨਕੋਡਰ ਲਾ ਤਾ
ਇਹਦੀ ਕੰਪੈਰੇਟਰ C1, C2 ਅਤੇ C3 ਹੈ। ਇਹਦੀ ਆਊਟਪੁੱਟ ਆ ਜਾਏਗੀ ਤੁਹਾਡੀ ਪ੍ਰਾਇਓਰਿਟੀ 2 ਬਿੱਟ ਪ੍ਰਾਇਓਰਿਟੀ ਇਨਕੋਡਰ। ਇਹਦੀਆਂ ਦੋ ਆਊਟਪੁੱਟਸ ਹੋਣਗੀਆਂ Y0 ਅਤੇ Y1। ਇਹ ਆ ਗਈ ਲੀਸਟ ਸਿਗਨੀਫਿਕੈਂਟ ਬਿੱਟ LSB। ਇਹ ਆ ਗਈ ਤੁਹਾਡੀ MSB। ਠੀਕ ਹੈ, ਇਹ ਬਣ ਗਿਆ ਤੁਹਾਡਾ ਪੈਰਲਲ ਕੰਪੈਰੇਟਰ ਟਾਈਪ, 2 ਬਿੱਟ ਪੈਰਲਲ ਕੰਪੈਰੇਟਰ ਟਾਈਪ ਐਨਾਲੋਗ ਟੂ ਡਿਜੀਟਲ ਕਨਵਰਟਰ। ਜਿਹੜੀ ਵੋਲਟੇਜ ਅਸੀਂ ਡਿਜੀਟਲ ਦੇ ਵਿੱਚ ਕਨਵਰਟ ਕਰਨੀ, ਉਹ ਅਸੀਂ ਇੱਥੇ VA ਅਪਲਾਈ ਕੀਤੀ ਹੈ। ਇੱਥੇ ਤੁਹਾਡੀ ਜਿਹੜੀ ਆਊਟਪੁੱਟ ਆਏਗੀ ਡਿਜੀਟਲ ਆਊਟਪੁੱਟ ਆਏਗੀ। ਤਾਂ ਇਹਦੇ ਆਪਰੇਸ਼ਨ ਦੇ ਵਿੱਚ ਫਿਰ ਅਸੀਂ ਐਨਾਲੋਗ ਵੋਲਟੇਜ ਨੂੰ, ਜੇਕਰ ਤੁਹਾਡੀ ਜਿਹੜੀ ਐਨਾਲੋਗ ਵੋਲਟੇਜ ਅਪਲਾਈ ਕੀਤੀ ਆ ਉਹ VR/4 ਤੋਂ ਘੱਟ ਹੈ ਪਰ 0 ਤੋਂ ਜ਼ਿਆਦਾ ਹੈ, ਮੀਨਸ ਪੋਜ਼ਿਟਿਵ ਟਰਮੀਨਲ 'ਤੇ ਵੋਲਟੇਜ ਜਿਹੜੀ ਹੈ VR/4 ਤੋਂ ਘੱਟ ਹੈ, ਅਤੇ ਇੱਥੇ ਵੀ ਜਿਹੜੀ ਵੋਲਟੇਜ VA ਕੀ 2 VR/4 ਤੋਂ ਵੀ ਘੱਟ ਹੋਏਗੀ, ਜਿਹੜੀ VA ਹੈ 3 VR/4 ਤੋਂ ਵੀ ਘੱਟ ਹੋਏਗੀ, ਕਿਉਂਕਿ VR/4 ਤੇ ਘੱਟ ਹੈ। VR/4 ਤੋਂ ਜਿਹੜੀ ਘੱਟ ਵੋਲਟੇਜ ਤਿੰਨੇ ਪੋਜ਼ਿਟਿਵ ਟਰਮੀਨਲ 'ਤੇ ਚਲੀ ਜਾਏਗੀ, ਸਾਰੇ ਕੰਪੈਰੇਟਰ ਦੀ ਆਊਟਪੁੱਟ ਕਿੰਨੀ ਆਊਗੀ, 0-0 ਆਏਗੀ। ਠੀਕ ਹੈ, ਜਦੋਂ ਫਿਰ VA ਐਨਾਲੋਗ ਵੋਲਟੇਜ VR/4 ਤੋਂ ਜ਼ਿਆਦਾ, 2 VR/4 ਤੋਂ ਘੱਟ ਹੈ, ਤਾਂ ਪਹਿਲੇ ਤੇ ਜ਼ਿਆਦਾ ਹੋਗੀ ਐਨਾਲੋਗ ਵੋਲਟੇਜ ਦੈਨ VR/4। ਇਸ ਕਰਕੇ C1 ਦਾ ਆਊਟਪੁੱਟ ਕਿੰਨੀ ਆ ਜਾਏਗੀ 1, ਬਾਕੀਆਂ ਦੀ ਆਊਟਪੁੱਟ ਕਿੰਨੀ ਆ ਜਾਊਗੀ 0-0। ਜੇਕਰ ਵੋਲਟੇਜ 2 VR/4 ਤੋਂ ਜ਼ਿਆਦਾ ਹੋਈ, ਤਾਂ ਪਹਿਲੇ ਤੇ ਵੀ 2 VR/4 ਤੋਂ ਜ਼ਿਆਦਾ ਹੋਗੀ, ਇਹ ਵੀ C1 1 ਆ ਜਾਊਗਾ, ਇਹ ਵੀ 2 VR/4 ਤੋਂ ਜ਼ਿਆਦਾ, C2 ਦੀ ਵੀ ਆਊਟਪੁੱਟ 1 ਆ ਜਾਏਗੀ, ਅਤੇ C3 ਦੀ ਆਊਟਪੁੱਟ ਕਿੰਨੀ ਆ ਜਾਏਗੀ, 0 ਆ ਜਾਏਗੀ। C3 ਦੀ ਆਊਟਪੁੱਟ ਆਏਗੀ 0, ਕਿਉਂਕਿ ਵੋਲਟੇਜ 2 VR/4 ਤੋਂ ਜ਼ਿਆਦਾ ਹੈ, 3 VR/4 ਤੋਂ ਕੀ ਹੈ, ਘੱਟ ਹੈ। ਠੀਕ ਹੈ, ਤਾਂ ਜਿਹੜੀ ਵੋਲਟੇਜ ਇਹਦੀ ਆਊਟਪੁੱਟ ਆ ਜਾਏਗੀ 0-1-1। ਫਿਰ ਜੇਕਰ ਵੋਲਟੇਜ ਤੁਹਾਡੀ 3 VR/4 ਤੋਂ ਜ਼ਿਆਦਾ ਅਤੇ 4 VR/4 ਤੋਂ ਘੱਟ ਹੈ, ਇੱਥੇ ਜਿਹੜੀ ਵੋਲਟੇਜ 3 VR/4 ਤੋਂ ਜ਼ਿਆਦਾ ਮੀਨਸ VR/4 ਤੋਂ ਵੀ ਜ਼ਿਆਦਾ, 3 VR/4 ਤੋਂ ਜ਼ਿਆਦਾ ਮੀਨਸ ਇੱਥੇ ਵੀ ਜਿਹੜੀ ਵੋਲਟੇਜ ਹੈ 2 VR/4 ਤੋਂ ਜ਼ਿਆਦਾ, ਇੱਥੇ 3 VR/4 ਤੋਂ ਜ਼ਿਆਦਾ ਮੀਨਸ ਇੱਥੇ ਵੀ ਵੋਲਟੇਜ ਤੁਹਾਡੀ 3 VR/4 ਤੋਂ ਜ਼ਿਆਦਾ। ਇਸ ਕਰਕੇ ਜਿਹੜੇ ਪੋਜ਼ਿਟਿਵ ਟਰਮੀਨਲ 'ਤੇ ਜਿਹੜੀ ਸਾਰੇ ਵੋਲਟੇਜ ਹੈ ਉਹ ਤੁਹਾਡੀ ਜ਼ਿਆਦਾ ਹੋਊਗੀ 3 VR/4 ਤੋਂ, ਕਿਉਂਕਿ 3 VR/4 ਤੋਂ ਜ਼ਿਆਦਾ ਤਾਂ VR/4 ਤੋਂ ਵੀ ਜ਼ਿਆਦਾ ਹੋਏਗੀ, 2 VR/4 ਤੋਂ ਵੀ ਜ਼ਿਆਦਾ ਹੋਏਗੀ, 3 VR/4 ਤੋਂ ਵੀ ਜ਼ਿਆਦਾ। ਤਾਂ ਤਿੰਨੇ ਕੰਪੈਰੇਟਰ ਦੇ ਜਿਹੜੀ ਇਨਪੁੱਟ 'ਤੇ ਜਿਹੜੀ ਵੋਲਟੇਜ ਅਵੇਲੇਬਲ ਹੋਏਗੀ ਉਹ ਪੋਜ਼ਿਟਿਵ ਟਰਮੀਨਲ 'ਤੇ ਕੀ ਹੈ, ਨੋਨ ਇਨਵਰਟਿੰਗ ਟਰਮੀਨਲ 'ਤੇ ਕੀ ਹੈ, ਜ਼ਿਆਦਾ ਹੋਏਗੀ। ਇਸ ਕਰਕੇ ਇਹਦੀ ਆਊਟਪੁੱਟ ਕਿੰਨੀ ਆ ਜਾਏਗੀ, 1-1-1। ਪ੍ਰਾਇਓਰਿਟੀ ਇਨਕੋਡਰ ਨੇ ਕੀ ਕਰਨਾ, ਇਹਨੇ ਮੋਸਟ ਸਿਗਨੀਫਿਕੈਂਟ ਬਿੱਟ ਤੋਂ ਚੈੱਕ ਕਰਨਾ ਸ਼ੁਰੂ ਕਰ ਦੇਣਾ, ਜਿਵੇਂ ਸਾਰੇ 0-0 ਆਏ ਤਾਂ ਇਹਨੂੰ 0-0 ਦੇ ਦੇਗਾ, ਇੱਥੇ ਪਹਿਲਾ 1 ਆ ਗਿਆ ਤਾਂ ਇਹਨੂੰ 0-1 ਦੇ ਦੂਗਾ, ਜਦੋਂ ਇਹ ਦੂਸਰੀ ਲਾਈਨ 'ਚ ਉਹਨੇ 1 ਚੈੱਕ ਕਰਨਾ ਉਹਨੂੰ 1-0 ਦੇ ਦੇਣਾ, ਫਿਰ ਉਹਨੇ ਤੀਸਰੀ ਲਾਈਨ 'ਚ 1 ਚੈੱਕ ਕਰ ਦੇਣਾ ਅਤੇ ਉਹਨੂੰ 1-1 ਦੇ ਦੇਣਾ। ਇਸ ਤਰ੍ਹਾਂ ਕਰਕੇ ਤੁਹਾਡੀ ਜਿਹੜੀ ਐਨਾਲੋਗ ਵੋਲਟੇਜ ਕਾਹਦੇ 'ਚ ਕਨਵਰਟ ਹੋਊਗੀ, ਡਿਜੀਟਲ ਵੋਲਟੇਜ ਦੇ ਵਿੱਚ ਕਨਵਰਟ ਹੋਊਗੀ। ਤਾਂ ਮੀਨਸ ਐਨਾਲੋਗ ਵੋਲਟੇਜ ਦੇ ਇਹਨੇ 4 ਹਿੱਸੇ ਬਣਾ ਤੇ, ਜੇਕਰ ਇਹ ਪਰਟੀਕੂਲਰ VR/4 ਤੋਂ ਇਹਦੇ ਵਿੱਚ ਲਾਈ ਕਰਦੀ ਹੈ ਤਾਂ ਆਊਟਪੁੱਟ 0-0 ਆਊਗੀ, ਜੇ ਇਸ ਤੋਂ ਇਹਦੇ ਵਿੱਚ ਲਾਈ ਕਰਦੀ ਹੈ ਤਾਂ 0-1 ਆਏਗੀ, ਜੇ ਇਹ ਤੋਂ ਇਹਦੇ ਵਿੱਚ ਲਾਈ ਕਰਦੀ ਹੈ ਤਾਂ 1-0 ਆਏਗੀ, ਜੇ ਇਹਦੇ ਤੋਂ ਇਹਦੇ ਵਿੱਚ ਲਾਈ ਕਰਦੀ ਹੈ ਐਨਾਲੋਗ ਵੋਲਟੇਜ ਤੁਹਾਡੀ 1-1 ਆਏਗੀ। ਇਸ ਤਰ੍ਹਾਂ 2 ਬਿੱਟ ਪੈਰਲਲ ਕੰਪੈਰੇਟਰ ਟਾਈਪ ਐਨਾਲੋਗ ਟੂ ਡਿਜੀਟਲ ਕਨਵਰਟਰ ਵਰਕ ਕਰਦਾ ਹੈ।